मिट्टू आज ब्रेड खाएगा। मिसिज कौर किचन विच स्वागत है सारयां नूं प्यार भरी सति श्री अकाल। अज असीं बनावांगे पुल्ला पाट ब्रेड। हुण असीं पहला लवांगे चीज, चीज विच असीं पावांगे बेल पेपर, येलो रेड ग्रीन कैप्सिकम कुछ भी तुसी पा सकदे हो। ते नाल असी पाउंगे थोड़ा जा हरा धनिया, नाल थोड़ी बंद गोभी, असी पाउंगे थोड़ा जा नमक, काली मिर्च, इनू मिक्स कर लेंगे। असी लांगे मेल्टेड बटर, ਇਹਦੇ ਵਿੱਚ ਪਾਉਂਗੇ ਚਿੱਲੀ ਫਲੈਕਸ, ਪੀਜ਼ਾ ਸੀਜ਼ਨਿੰਗ, ਓਰੀਗੈਨੋ, ਨਾਲ ਹੀ ਅਸੀਂ ਪਾ ਦਾਂਗੇ ਇਹਦੇ ਵਿੱਚ ਗਾਰਲਿਕ। ਗਾਰਲਿਕ ਨੂੰ ਅਸੀਂ ਕੁੱਟ ਲਾਂਗੇ ਤੇ ਨਾਲ ਹੀ ਥੋੜ੍ਹਾ ਜਿਹਾ ਹੁਣ ਅਸੀਂ ਇਹਨੂੰ ਮਿਕਸ ਕਰ ਲਾਂਗੇ। ਹੁਣ ਅਸੀਂ ਇਹਨੂੰ ਸਾਈਡ ਤੇ ਰੱਖ ਕੇ ਪਾਵ ਨੂੰ ਕੱਟਾਂਗੇ। ਹੁਣ ਅਸੀਂ ਲਾਂਗੇ ਪਾਵ, ਪਾਵ ਨੂੰ ਲੰਬੇ ਵਿੱਚ ਐਵੇਂ ਕੱਟ ਲਾਂਗੇ। ਧਿਆਨ ਨਾਲ ਕੱਟਾਂਗੇ ਕਿ ਨੀਚੋਂ ਤੱਕ ਨਾ ਕੱਟਿਆ ਜਾਏ। ਅਸੀਂ ਪਾਵ ਨੂੰ ਕੱਟ ਲਿਆ। ਹੁਣ ਲਾਂਗੇ ਅਸੀਂ ਮੱਖਣ, ਮੱਖਣ ਮੈਲਟਿਡ ਹੋਣਾ ਚਾਹੀਦਾ ਹੈ। ਜੇ ਮੱਖਣ ਪਿਘਲਿਆ ਹੋਏਗਾ ਤੇ ਅੱਛੀ ਤਰ੍ਹਾਂ ਅੰਦਰ ਲੱਗ ਜਾਏਗਾ। ਮੱਖਣ ਲਗਾਵਾਂਗੇ, ਹੁਣ ਅਸੀਂ ਅੱਛੀ ਤਰ੍ਹਾਂ ਮੱਖਣ ਲਗਾ ਦਿੱਤਾ ਹੈ। ਹੁਣ ਅਸੀਂ ਪਾਵਾਂਗੇ ਚੀਜ਼। ਤੁਸੀਂ ਇੱਥੇ ਹੱਥ ਦਾ ਵੀ ਯੂਜ਼ ਕਰ ਸਕਦੇ ਹੋ, ਚਮਚ ਔਰ ਇਹਦੇ ਨਾਲ ਕਰੋਗੇ ਤੇ ਤੁਹਾਡਾ ਅੰਦਰ ਤੱਕ ਪੂਰਾ ਚੀਜ਼ ਚਲ ਜਾਏਗਾ। ਥੋੜਾ ਹੱਥ ਨਾਲ ਸਪੋਰਟ ਦੇ ਕੇ ਭਰਨਾ ਤਾਂ ਕਿ ਟੁੱਟੇ ਨਾ। ਹਲਕਾ ਜਿਹਾ ਦਬਾ ਦੇਣਾ ਤਾਂ ਕਿ ਅੰਦਰ ਤੱਕ ਚੀਜ਼ ਚਲ ਜਾਏ। ਦਬਾ ਦਾਂਗੇ। ਹੁਣ ਅਸੀਂ ਇਹਨੂੰ ਮਾਈਕ੍ਰੋਵੇਵ ਵਿੱਚ ਰੱਖ ਦਾਂਗੇ। ਇਹ ਲਓ ਜੀ ਸਾਡੀ ਪੁੱਲਾ ਪਾਟ ਬ੍ਰੈਡ ਬਣ ਕੇ ਤਿਆਰ। ਕਿੰਨੀ ਚੀਜ਼ੀ ਬਣੀ ਹੈ ਦੇਖੋ।